वेलकम टू खन्ना न्यूज लाइव। नवांशहर दे पिंड खोथड़ा कलोनी विच भेद भरे हालातां विच औरत दा बेरहमी नाल कतल कर दिता गया सी। नवांशहर पुलिस ने मौके ते पहुंच लाश नू कब्जे विच लैके अगली कारवाई शुरू कर दिती। औरत दी पहचान उर्मिला देवी पत्नी धर्मनाथ वासी ओंकार नगर वजों होई सी। पुलिस ने वख-वख टीमां बना के अलग अलग पहलुआं ते काम करदियां कुछ ही घंटिया विच इस अन्ने कतल दी गुत्थी सुलझा लई है। पुत ही निकलिया मां दा कातल। पुलिस ने कातल पुत नू गिरफ्तार कर लिया है ते अगली पुछगिछ कीती जा रही है। एसपीडी वजीर सिंह खैरा ने इस मामले दा खुलासा करदियां कहा कि मां दा कतल करन वाला उसदा पुत ही है। दीपक नामक 19 साला लड़का जो नशा करन दा आदि हो गया सी ते कोई कामकार नहीं करदा सी अते अक्सर ही पैसियां दी मंग करदा रहंदा सी। मां वजों वार वार काम करन लई कहना ते दुखी हो मां नू कहा के मेरा पुलिस कोल चोरी दा केस है तेनू जाना पैना है। ता मां नू लेके अपने बनाए प्लान मुताबिक सुनसान प्लाटां कोल ले जा के तेजतर हथियार नाल मां दा कतल कर दिता। दोषी नू अज गिरफ्तार कर लिया गया है। मानयोग अदालत विच पेश करन उपरांत होर पुछगिछ कीती जावेगी। दीपक जी, दीपक जी, तुसी अपनी मां नू क्यों मारया, क्यों कतल कीता तुसी? सर जी, हमारे दोनों दे विच लड़ाई जो हुंदा रहंदा सी। हां जी, दोनों दे विच लड़ाई हुंदा रहंदा सी जी। काहे वास्ते लड़ाई हुंदा सी? ओ मां कह पूरे करके दोना पेंदे सी। तुसी की काम करदे हो? काम इंस्टाला दा जी। हां, इंस्टाला दा। इंस्टाला दे ते तुसी मां नू मारे, तुसी बेरहमी नाल कतल कारण क्यों मारन कारण दे कारण की सी? सर जी, उस समय सर जी दिमाग काम कीता नहीं सर। हुन तुहानू कैसा लग रहा है? नशा करदा दी कि पैसे नशा भी करता? की करता? नशा नहीं, नशा नहीं करता जी। नशा नहीं करता। किमें हिम्मत पै गई तेरी मां नू जिहड़ी हत्या करन दी? ओ भाई, उस दी सर जी दिमाग नहीं काम कीता जी, बाद च बहुत अफसोस होया। हुण तुसी कह, थोनू कैसा लग रहा है? बहुत अफसोस होंदा जी। हैं, बहुत अफसोस होंदा जी, दुख महसूस हो रहा है? हां जी, दुख महसूस। तो तुसी माता नू मारना थोनू लग्या ना कि थोड़ी माता हुई है जे 9 महीना पेट में रखे तो पाल के इतना थोनू कीते किस हालात में? ए बाद च बहुत अफसोस होया जी सर जी। ਖੋਥੜਾ ਪਿੰਡ ਦੇ ਵਿੱਚ ਇੱਕ ਡੈਡ ਬੋਡੀ ਮਿਲੀ ਸੀ ਲੇਡੀ ਦੀ, ਉਹਦੇ ਉੱਤੇ ਕਾਰਵਾਈ ਕਰਦੇ ਜਿਹੜੀ ਉਹਦੀ ਪਹਿਚਾਣ ਕੀਤੀ ਗਈ, ਜਿਹਦੇ ਤੇਜ਼ ਧਾਰ ਹਥਿਆਰ ਦੇ ਨਾਲ ਸਿਰ ਦੇ ਉੱਤੇ ਸੱਟਾਂ ਵੱਜੀਆਂ ਹੋਈਆਂ ਸੀ। ਪਹਿਚਾਣ ਉਹਦੇ ਤੋਂ ਬਾਅਦ ਉਹਦੀ ਜਿਹੜੀ ਪੜਤਾਲ ਕਰਨ ਤੋਂ ਪਤਾ ਉਹਦਾ ਆਈਡੈਂਟੀਫਿਕੇਸ਼ਨ ਹੋਈ ਉਰਮਿਲਾ ਦੇਵੀ ਵਜੋਂ, ਅਤੇ ਫਿਰ ਉਸ ਤੋਂ ਬਾਅਦ ਉਹਦੇ ਘਰਦਿਆਂ ਨਾਲ ਜਦੋਂ ਸੰਪਰਕ ਕੀਤਾ ਗਿਆ ਅਤੇ ਉਹਦੀ ਜਿਹੜੀ ਸਿਸ ਲੜਕੀ ਹੈ ਉਰਮਿਲਾ ਦੇਵੀ ਦੀ ਰੇਖਾ, ਉਹਨੇ ਦੱਸਿਆ ਕਿ ਪਿਛਲੀ ਰਾਤ 28 ਨੂੰ ਤਕਰੀਬਨ 10:30 ਉਹਦਾ ਇੱਕ ਛੋਟਾ ਭਰਾ ਹੈਗਾ ਦੀਪਕ, ਉਹ ਆਪਣੀ ਮਾਂ ਨੂੰ ਘਰੋਂ ਲੈ ਗਿਆ ਸੀ ਕਹਿ ਕੇ ਕਿ ਮੈਨੂੰ ਪੁਲਿਸ ਵਾਲਿਆਂ ਨੇ ਬੁਲਾਇਆ ਕਿ ਮੇਰਾ ਨਾਂ ਚੋਰੀ ਦੇ ਕੇਸ 'ਚ ਪਿਆ ਹੋਇਆ। ਤਾਂ ਉਹ ਇਹਨੂੰ ਘਰੋਂ ਲਿਜਾ ਕੇ ਅੱਗੇ ਕੋਥੜਾ ਦੇ ਕੋਲ ਖਾਲੀ ਪਏ ਪਲੋਟ ਸੀ ਜਿੱਥੇ, ਉੱਥੇ ਲਿਜਾ ਕੇ ਉਹਨੇ ਪਹਿਲਾਂ ਹੀ ਆਪਣੀ ਪਲੈਨਿੰਗ ਦੇ ਮੁਤਾਬਕ ਉੱਥੇ ਇੱਕ ਦਾਤ ਰੱਖਿਆ ਹੋਇਆ ਸੀਗਾ, ਉਹ ਦਾਤ ਚੁੱਕ ਕੇ ਮਾਰ ਕੇ ਉਹਦਾ ਕਤਲ ਕਰ ਦਿੱਤਾ। ਅਤੇ ਇਹਨੂੰ ਅਸੀਂ ਮੁਲਜ਼ਮ ਨੂੰ ਅਰੈਸਟ ਕਰ ਲਿਆ ਕਰ, ਅਤੇ ਉਹਦੀ ਅਰੈਸਟ ਤੋਂ ਜਿਹੜੀ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ, ਉਹ ਕਹਿੰਦੇ ਆ ਵੀ ਇਹ ਇੱਕ ਤਾਂ ਕੰਮ ਨਹੀਂ ਸੀ ਕਰਦਾ, ਵਿਹਲੜ ਸੀਗਾ ਅਤੇ ਮਾੜਾ ਮੋਟਾ ਨਸ਼ਾ ਸ਼ਰਾਬ ਸ਼ਰੂਬ ਪੀਣ ਦਾ ਆਦੀ ਸੀਗਾ, ਅਤੇ ਇਹ ਜਿਹੜੀ ਮਾਂ ਹੈ ਉਹਦੀ ਉਹਨੂੰ ਟੋਕਦੀ ਸੀ ਕੰਮ ਕਰਨ ਲਈ ਕਹਿੰਦੀ ਸੀ, ਅਤੇ ਪਲੱਸ ਇਹ ਘਰੋਂ ਕਈ ਵਾਰੀ ਕੋਈ ਚੀਜ਼ ਚੁੱਕ ਕੇ ਵੇਚ ਵੂਚ ਦਿੰਦਾ ਸੀ, ਪਿੱਛੇ ਇੱਕ ਮੋਬਾਈਲ ਇਹਨੇ ਚੁੱਕ ਕੇ ਵੇਚਤਾ ਅਤੇ 4,000 ਰੁਪਏ ਦਾ, ਅਤੇ ਉਹਦੀ ਸ਼ਰਾਬ ਸ਼ਰੂਬ ਪੀ ਲਈ ਨਾਲ ਮੁੰਡਿਆਂ ਨੂੰ ਪਿਆਤੀ, ਉਹ ਇਹਦੇ ਨਾਲ ਝਗੜਾ ਕਰਦੀ ਸੀ। ਜਿਹੜਾ ਇਹਨੇ ਕਿਹਾ ਵੀ ਇਹੀ ਇਕੱਲੀ ਘਰ ਦੇ ਵਿੱਚੋਂ ਮੇਰੇ ਨਾਲ ਝਗੜਾ ਕਰਦੀ, ਇਹਨੇ ਪਲੈਨਿੰਗ ਬਣਾ ਲਈ ਵੀ ਇਹਨੂੰ ਮੈਂ ਮਾਰਨਾ ਹੈਗਾ, ਅਤੇ ਉਹ ਬਹਾਨੇ ਦੇ ਨਾਲ ਇਹਨੂੰ ਆਪਣੀ ਪਲੈਨਿੰਗ ਦੇ ਮੁਤਾਬਕ ਲੈ ਗਿਆ ਘਰੋਂ ਲਿਜਾ ਕੇ ਉੱਥੇ ਜਾ ਕੇ ਇਹਨੇ ਕਤਲ ਕਰ ਦਿੱਤਾ। ਸਰ, ਉਹਦੀ ਮਾਤਾ ਦੀ ਕਿੰਨੀ ਕੁ ਉਮਰ ਸੀ? 50 ਸਾਲ ਉਮਰ ਸੀ ਇਹ ਲੇਡੀ ਦੀ। ਠੀਕ ਹੈ, ਅਤੇ ਇਹ ਜਿਹਨੇ ਉਹਦੀ ਹੱਤਿਆ ਕੀਤੀ ਆ ਉਹਦੇ ਪੁੱਤ ਨੇ, ਇਹ ਕਿੰਨੀ ਕੁ ਉਮਰ ਦੀ ਸੀ? 40 ਸਾਲ ਦਾ ਸੀ? ਨਹੀਂ, ਇਹ 19 ਸਾਲ ਦੇ ਕਰੀਬ ਦੀ ਉਮਰ ਹੈਗੀ ਹੈ। ਠੀਕ ਹੈ, ਕਿੰਨੇ ਭੈਣ ਭਰਾ ਨੇ?
ਇਹ ਤਿੰਨ ਭੈਣ ਭਰਾ ਨੇ। ਵੱਡਾ ਭਰਾ ਇਹਦਾ ਲੁਧਿਆਣੇ ਕੰਮ ਕਰਦਾ, ਉਸ ਤੋਂ ਛੋਟੀ ਭੈਣ ਛੋਟਾ ਇਹ ਹੈਗਾ। ਇਹ ਅਕੇਲੇ ਨੇ ਵਾਰ ਕੀਤੇ ਮਾਂ ਨੂੰ ਮਾਰਿਆ ਕਿ ਉਹ ਨਾਲ ਸ਼ਾਮਿਲ ਸੀ? ਨਹੀਂ, ਇਕੱਲੇ ਇਕੱਲੇ ਹੀ ਸੀਗਾ। ਇਕੱਲੇ ਨਹੀਂ, ਪਲੈਨ ਮਤਲਬ ਇਹਦਾ ਜਿਵੇਂ ਇੱਕ ਕ੍ਰਿਮੀਨਲ ਮਾਇੰਡ ਹੁੰਦਾ ਦਿਮਾਗ ਦੇ ਫਿਰ ਗਿਆ ਵੀ ਉਹ ਇਹਦੀ ਟੋਕਾ ਟਕਾ ਹੀ ਕਰਦੀ ਸੀ, ਇਹਨੇ ਪਲੈਨ ਬਣਾ ਲਿਆ ਕਿ ਮੈਂ ਇਹਨੂੰ ਮਾਰਨਾ। ਜਦੋਂ ਇਹਨੇ ਹੱਤਿਆ ਕੀਤੀ ਆ ਉਦੋਂ ਇਹ ਨਸ਼ੇ ਦੀ ਹਾਲਤ ਵਿੱਚ ਸੀ ਜਾਂ ਕਿਵੇਂ? ਨਹੀਂ, ਇਹ ਨਸ਼ੇ ਦੀ ਹਾਲਤ 'ਚ ਨਹੀਂ ਸੀ, ਕੋਈ ਨਸ਼ਾ ਇਹਦੇ ਦੱਸਣ ਮੁਤਾਬਕ ਕੋਈ ਨਹੀਂ ਸੀ ਕੀਤਾ ਹੋਇਆ ਇਹਨੇ। ਲੇਕਿਨ ਇਹ ਮਾਇੰਡ ਇੱਕ ਸੈਟਅਪ ਇਹਦਾ 2 ਦਿਨ ਪਹਿਲਾਂ ਤੋਂ ਹੋਇਆ ਹੋਇਆ ਸੀਗਾ। 2 ਦਿਨ ਪਹਿਲਾਂ ਤੋਂ ਇਹਨੇ ਪਲੈਨਿੰਗ ਪੂਰੀ ਬਣਾ ਕੇ ਅਤੇ ਕਤਲ ਕੀਤਾ। ਕੋਈ ਮਾਮਲਾ ਵੀ ਦਰਜ ਇਸਦੇ ਉੱਤੇ, ਕੋਈ ਚੋਰੀ ਚਮਾਰੀ ਦੇ ਇਸ ਤਰ੍ਹਾਂ? ਨਹੀਂ, ਪਹਿਲਾਂ ਕੋਈ ਕੇਸ ਨਹੀਂ ਸੁਣਿਆ। ਸੈਕਸ਼ਨ ਤੁਸੀਂ ਕਿਹੜਾ ਸਰ? 302 ਦੇ ਵਿੱਚ ਕੇਸ ਰਜਿਸਟਰ ਹੋ ਗਿਆ, ਇਹਦੇ ਅਸੀਂ ਅਰੈਸਟ ਪਾ ਲਈ। ਸਰ ਕਿਹਦੇ ਬਿਆਨਾਂ 'ਤੇ ਹੋਇਆ ਮੁਕੱਦਮਾ ਦਰਜ? ਇਹ ਰੇਖਾ ਹੈਗੀ ਆ, ਰੇਖਾ ਦੀ ਸਿਸਟਰ ਜਿਹੜੀ ਭੈਣ ਹੈ, ਘਰ ਉਸ ਟਾਈਮ ਮੌਜੂਦ ਸੀ ਜਦੋਂ ਇਹ ਲੈ ਕੇ ਗਿਆ ਆਪਣੀ ਮਾਂ। ਠੀਕ ਹੈ, ਅਤੇ ਉਹਦੇ ਲਾਸਟ ਦਾ ਪੋਸਟਮਾਰਟਮ ਕਰਵਾ ਲਿਆ ਗਿਆ? ਪੋਸਟਮਾਰਟਮ ਹੋ ਗਿਆ, ਪੋਸਟਮਾਰਟਮ ਹੋ ਕੇ ਡੈੱਡ ਬੋਡੀ ਉਹਨਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੱਤੀ। ਨਵਾਂ ਸ਼ਹਿਰ ਤੋਂ ਜਤਿੰਦਰਪਾਲ ਸਿੰਘ ਕਲੇਰ ਦੀ ਖਾਸ ਰਿਪੋਰਟ।